ਜੇ ਨਵੀਂ ਜੁੱਤੀ ਪਾ ਕੇ ਤੁਰੇ ਜਾ ਰਹੇ ਨੇ ਤਾਂ ਜੁੱਤੀ ਲੱਗ ਰਹੀ ਹੈ, ਲੰਗਰਾ ਕੇ ਤੁਰਦੇ ਪਏ ਨੇ। ਸਤਿਗੁਰ ਨੇ ਬਸ ਇੰਨਾ ਹੀ ਆਖਿਆ ਸੀ। ਉਹ ਭਾਈ ਝੰਡਿਆ ਜੁੱਤੀ ਉਤਾਰਦੇ, ਸੱਤ ਵਜਨ ਸਤਿਗੁਰ ਜੁੱਤੀ ਉਤਾਰੀ, ਗੁਰਮੁਖੋ ਪੈਰ ਠੀਕ ਵੀ ਹੋ ਗਿਆ। ਚਾਰ ਪੰਜ ਮਹੀਨੇ ਕੇ ਜੁੱਤੀ ਪਾਈ ਨਹੀਂ, ਪੈਰ ਦੀਆਂ ਅੱਡੀਆਂ ਵੀ ਫੱਟ ਗਈਆਂ। ਇੱਕ ਦਿਨ ਸਤਿਗੁਰ ਫਿਰ ਦੇਖਦੇ ਨੇ, ਲੰਗਰਾ ਕੇ ਤੁਰੇ ਭਾਈ ਝੰਡਾ ਜੀ। ਫਿਰ ਸਤਿਗੁਰ ਗਰੀਬ ਨਿਵਾਜ ਜੀ ਆਖਣ ਲੱਗੇ, ਭਾਈ ਝੰਡਾ ਜੀ ਜੁੱਤੀ ਕਿਉਂ ਨਹੀਂ ਪਾਉਂਦੇ? ਸਤਿਗੁਰ ਜੀ ਆਪ ਜੀ ਨੇ ਹੁਕਮ ਕੀਤਾ ਸੀ ਜੁੱਤੀ ਉਤਾਰ ਦਿਓ। ਸਤਿਗੁਰੂ ਜੀ ਆਖਣ ਲੱਗੇ, ਅਸੀਂ ਤਾਂ ਤਦ ਆਖਿਆ ਸੀ ਜੁੱਤੀ ਨਵੀਂ ਸੀ ਤੇਰੀ, ਤੈਨੂੰ ਲੱਗ ਰਹੀ ਸੀ, ਚਲ ਜੁੱਤੀ ਪਾ ਲਓ। ਜੁੱਤੀ ਪਹਿਨ ਲਈ। ਵੇਖੋ ਪ੍ਰੇਮ ਗੁਰੂ ਕੇ ਸਿੱਖ ਦਾ। ਜੇ ਸਤਸੰਗੀਓ ਸਤਿਗੁਰ ਕਹਿੰਦੇ ਹੋ ਭਾਈ ਝੰਡਾ ਜੀ, ਕਿਸੇ ਸਿੱਖ ਨੂੰ ਆਵਾਜ਼ ਦਿਓ ਜਾ ਕੇ ਲੱਕੜਾਂ ਲੈ ਕੇ ਆਵੇ। ਆਪ ਹੀ ਤੁਰ ਪਏ, ਤਿੰਨ ਚਾਰ ਦਿਨ ਲੱਕੜਾਂ ਹੀ ਢੋਈ ਜਾਣ, ਲੱਕੜਾਂ ਹੀ ਢੋਈ ਜਾਣ, ਸੇਵਾ ਚੱਲ ਰਹੀ ਹੈ। ਛੇਵੇਂ ਪਾਤਸ਼ਾਹ ਜੀ ਨੇ ਵੇਖਿਆ ਕਿ ਭਾਈ ਝੰਡਾ ਜੀ ਆਪ ਲੱਗੇ ਹੋਏ ਨੇ, ਫਿਰ ਕੋਲ ਬੁਲਾਇਆ, ਉਹ ਭਾਈ ਝੰਡਾ ਜੀ ਤੁਹਾਨੂੰ ਆਖਿਆ ਸੀ ਕਿਸੇ ਸਿੱਖ ਨੂੰ ਆਖ ਦਿਓ ਉਹ ਲੱਕੜਾਂ ਦੀ ਸੇਵਾ ਕਰੇ, ਹੱਥ ਜੋੜ ਲੈ। ਮਹਾਰਾਜ ਜੀ, ਪਿਤਾ ਜੀ, ਗਰੀਬ ਨਿਵਾਜ ਜੀ, ਮੈਂ ਵੀ ਤੁਹਾਡਾ ਸਿੱਖ ਹੀ ਹਾਂ, ਕਿਰਪਾ ਕਰੋ ਅਣਜਾਣਪਣ 'ਚ ਕੋਈ ਗਲਤੀ ਭੁੱਲ ਹੋ ਗਈ ਹੋਵੇ, ਮੇਰੀ ਬਖਸ਼ ਲਿਓ। ਜੇ ਸਤਿਗੁਰੂ ਗਰੀਬ ਨਿਵਾਜ ਜੀ ਬੈਰਮਪੁਰ ਇਲਾਕੇ 'ਚ ਗਏ ਤਾਂ ਉੱਥੇ ਵੀ ਭਾਈ ਝੰਡਾ ਜੀ ਪਹੁੰਚ ਗਏ। ਗਰੀਬ ਨਿਵਾਜ ਸਤਿਗੁਰੂ ਉੱਥੇ ਵੀ ਸੰਗਤਾਂ ਨੂੰ ਉਪਦੇਸ਼ ਪਏ ਕਰਦੇ ਨੇ, ਉੱਥੇ ਵੀ ਸਤਿਗੁਰੂ ਕੋਲ ਸੇਵਾ ਮੰਗੀ। ਗੁਰਮੁਖੋ ਜਦੋਂ ਸਤਿਗੁਰ ਜੰਗਲ ਵੱਲ ਗਏ, ਆਖਿਆ ਭਾਈ ਝੰਡਾ ਜੀ ਖਲੋ ਜਾਓ, ਤਾਂ ਸਤਿਗੁਰ ਦੂਸਰੇ ਰਸਤੇ ਥਾਣੀ ਵਾਪਸ ਆਏ। ਤਿੰਨ ਦਿਨ ਇਤਿਹਾਸ 'ਚ ਲਿਖਿਆ ਭਾਈ ਝੰਡਾ ਜੀ ਉੱਥੇ ਖਲੋਤੇ ਰਹੇ। ਤੀਸਰੇ ਦਿਨ ਸਤਿਗੁਰ ਨੂੰ ਪਤਾ ਲੱਗਾ, ਗਏ ਜਦੋਂ ਉਹ ਭਾਈ ਝੰਡਾ ਜੀ ਇੱਥੇ ਹੀ ਤੁਸੀਂ, ਤਿੰਨ ਦਿਨ ਹੋਏ ਨੇ। ਸਤਿਗੁਰੂ ਆਪ ਜੀ ਨੇ ਹੁਕਮ ਕੀਤਾ ਸੀ, ਵੇਖੋ ਗੁਰੂ ਦਾ ਹੁਕਮ, ਗੁਰੂ ਨਾਲ ਕਿਹੋ ਜਿਹਾ ਪ੍ਰੇਮ। ਫਿਰ ਉਸ ਦਿਨ ਸਤਿਗੁਰ ਨੇ ਗੁਰਮੁਖੋ ਭਾਈ ਝੰਡਾ ਜੀ ਨੂੰ ਗਲ ਦੇ ਨਾਲ ਲਾਇਆ, ਆਪਣੇ ਦੋਵੇਂ ਹੱਥ ਇਹਦਾ ਪਿਆਰ ਵੇਖੇ ਭਾਈ ਝੰਡਾ ਜੀ ਦੇ ਸਿਰ 'ਤੇ ਰੱਖੇ, ਆਖਣ ਲੱਗੇ ਸਤਿਗੁਰ ਗਰੀਬ ਨਿਵਾਜ ਛੇਵੇਂ ਪਾਤਸ਼ਾਹ, ਭਾਈ ਝੰਡਿਆ ਪ੍ਰੇਮ ਵੇਖ ਕੇ, ਤੇਰੀ ਪ੍ਰੀਤੀ ਵੇਖ ਕੇ ਜਾ ਤੈਨੂੰ ਨਿਹਾਲ 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 ਕੀਤਾ।